পাঁচ লাগে যে 10 কিলো এনে তাহলে 6 কিলো এনে তাহলে 10 কিলো এনে তাহলে 6 কিলো এনে করি মানে দো মধ্যে কর 6 কিলো তো দো কর 10-10 কিলো 10:30 হবে লে যায় যে 10:45 হবে তা না যায় গে থান যে ছটা ফুয়ারা মরোড়ি কিসে কিসে না মসলা হবে আপা ওয়াপস করাঙ্গে আন জান দা কিরায়া ভি আপনা হবেগা বিসমিল্লাহ রহমান রহিম আসসালামু আলাইকুম আপ দেখ রহে হ্যায় মেরা ইউটিউব চ্যানেল অর্ণব ফ্রম ব্যাফলোর মে আপকা মেজবান কাশা আচ্ছা জি আজ ব্রাহ্মা বাস্তে ভিডিও লেকে হাজির হই আ বাখড়ি মজা দি চিঙিয়া মজা মাশাআল্লাহ ਦੁੱਧ ਵੀ 8-8 ਕਿਲੋ 10-10 ਕਿਲੋ ਮੱਝਾਂ ਕੋਲ ਦੁੱਧ ਹੋਵੇਗਾ ਇਨਸ਼ਾਅੱਲਾ ਅਤੇ ਸਿਰਫ ਭੁੱਖਾਂ ਦੀਆਂ ਮਰੀਆਂ ਹੋਈਆਂ ਨੇ ਕੱਪੜੇ ਮੱਝਾਂ ਕੋਲ ਘੱਟ ਨੇ ਲੇਕਿਨ ਮੱਝਾਂ ਮਾਸ਼ਾ ਚਾਰੇ ਚੰਗੀਆਂ ਨਸਲ ਜ਼ਿਆਦਾਤਰ ਆਈਆਂ ਨੇ ਪਿਓਰ ਨੀਲੀ ਦੇ ਇਲਾਕੇ 'ਚੋਂ ਆਈਆਂ ਨੇ ਚਾਰੇ ਮੱਝਾਂ ਅਤੇ ਜਿਹਨਾਂ ਵਿੱਚ ਦੋ ਮੱਝਾਂ ਨੇ ਉਹਨਾਂ ਕੋਲ ਮਾਸ਼ਾ ਪੱਕਾ ਤੋਂ ਜਿਹੜਾ 10-10 ਕਿਲੋ ਹੈਗਾ ਜਿਹੜੀਆਂ ਦੋ ਮੱਝਾਂ ਨੇ ਉਹਨਾਂ ਕੋਲ ਕਿਸੇ ਕੋਲ ਇੱਕ ਕੋਲ 6 ਕਿਲੋ 1 ਕਿਲੋ 7 ਕਿਲੋ ਹੋਣਾ ਜਾਂ 5 ਕਿਲੋ ਹੋਣਾ ਛੇ ਕਿਲੋ ਆਪਣਾ 5-5 ਕਿਲੋ ਹੋਈਏ ਅਤੇ ਲੇਕਿਨ ਆਪਾਂ ਮਤਲਬ 6-6 ਕਿਲੋ ਦੋਵਾਂ ਥਾਂ 6-6 ਕਿਲੋ ਅਤੇ ਦੋਵਾਂ ਥਾਂ 10-10 ਕਿਲੋ ਅਤੇ ਮਾਸ਼ਾਅੱਲਾ ਚੰਗੀਆਂ ਮੱਝਾਂ ਨੇ ਬੜੀਆਂ ਸੁੱਤੀਆਂ ਮੱਝਾਂ ਨੇ ਲੇਕਿਨ ਥੋੜ੍ਹੇ ਜਿਹੇ ਪਹਿਲੇ ਦੱਸਦੇ ਪਏ ਨਸੇੜੀਆਂ ਹੈ ਨੇ ਕੱਪੜੇ ਥੋੜ੍ਹੇ ਕੋਲ ਘੱਟ ਨੇ ਲੇਕਿਨ ਮੱਝਾਂ ਨਸਲ ਜ਼ਿਆਦਾਤਰ ਆਈਆਂ ਪਿਓਰ ਨੀਲੀ ਦੀਆਂ ਚੰਗੀਆਂ ਨੇ ਅਤੇ ਉਹਨਾਂ ਦੀ ਵੀਡੀਓ ਬਣਾਉਣੀ ਆ ਤੁਹਾਨੂੰ ਵਿਖਾਉਣੀ ਆ ਮਾਸ਼ਾਅੱਲਾ ਅਤੇ ਬਕਾਇਆ ਜੋ ਵੀ ਗੱਲਬਾਤ ਹੋਈ ਕਰਨੀ ਆ ਸਭ ਤੋਂ ਪਹਿਲੇ ਜੀ ਆਹ ਝੋਟੀ ਹੈ ਪਿਓਰ ਨੀਲੀ ਦੀ ਮਾਸ਼ਾਅੱਲਾ ਬੜੀ ਸੁੱਤੀ ਝੋਟੀ ਨਿੱਕੀ ਨਿੱਕੀ ਸਿੰਗੀ ਹੈ ਦੂਜਾ ਵਾਰਾ ਸੂਈ ਹੋਈ ਹੈ ਅਤੇ ਕੱਪੜੇ ਥੋੜ੍ਹੇ ਘੱਟ ਨੇ 3 ਡੀਆਂ ਨੇ ਝੋਟੀ ਦੀਆਂ ਜਿਸ ਮਤਲਬ ਕਿ ਬਰੀਕ ਹੈ ਹੈਕ ਉਹ ਜਿਹੜੀ ਚਮੜੀ ਹੁੰਦੀ ਬੜੀ ਬਰੀਕ ਹੈ ਬਰੀਕ ਪੁੱਛੇ ਨੇ ਖੁੱਚਾਂ ਤੋਂ ਥੱਲੇ ਸਨ ਥਨ ਬੜਾ ਸੋਹਣਾ ਹੈਗਾ ਅਤੇ ਬਾਕੀ ਜਿਹੜੇ ਕੱਪੜੇ ਥੋੜ੍ਹੇ ਘੱਟ ਹੈਗੇ ਨੇ ਦੁੱਧ ਜਿਹੜਾ ਮੱਝ ਕੋਲ ਹੈਗਾ 10 ਕਿਲੋ ਠੰਡਾ ਦੁੱਧ ਇਨਸ਼ਾਅੱਲਾ ਦੋ ਟਾਈਮ ਚੋ ਕੇ ਤਸੱਲੀ ਨਾਲ ਨਿੱਕੀ ਨਿੱਕੀ ਸਿੰਗੀ ਹੈ ਸਿਰ 'ਤੇ ਮੱਥੇ ਥੋੜ੍ਹੀ ਫੁੱਲੀ ਵੀ ਬਣੀ ਚਿੱਟੀ ਅਤੇ ਬਾਕੀ ਜਾ ਕਿਨਾਂ ਨੇ ਦੇਣੇ ਥੱਲੋਂ ਮਾਸ਼ਾਅੱਲਾ ਵੇਖ ਲਓ ਥਾਂ ਜਿਹੜੇ ਪਿਛਲੇ ਕਹਿੰਦੇ ਥੋੜ੍ਹਾ ਜਿਹਾ ਮੁੜ ਤੋਂ ਜੇਤ ਨੇ ਲੇਕਿਨ ਕਰਮਾ ਲਈ ਮੱਝ ਥੱਲੇ ਦੁੱਧ ਜਿਹੜਾ ਇਸ ਟਾਈਮ 10 ਕਿਲੋ ਹੈ ਜੀ ਦੋ ਟਾਈਮ ਤਸੱਲੀ ਨਾਲ ਚੋ ਕੇ ਲਿਆਇਆ ਜੀ ਆ ਤੁਹਾਨੂੰ ਖੋਲ੍ਹ ਤੇ ਵਿਖਾ ਦਿੰਦੇ ਹਾਂ ਬਕਾਇਆ ਪਹਿਲੇ ਵੇਖ ਲਓ ਧੁੰਨੀ ਵੀ ਥੋੜ੍ਹੀ ਜਿਹੀ ਹੈਗੀ ਹੈ ਅਤੇ ਕੋਲੀ ਵੀ ਜਿਹੜੀ ਗਿਆ ਕੋਲੀ ਛੋਟੀ ਹੈ ਅਤੇ ਧੁੰਨੀ ਮਤਲਬ ਕਿ ਠੀਕ ਹੈ ਤਕਰੀਬਨ ਨਾ ਵੱਡੀ ਨਾ ਛੋਟੀ ਸਥਰੀ ਹੈ ਅਤੇ ਬਾਕੀ ਸਲਾਨ ਹੈ ਛੱਡ ਯਾਰ ਛੱਡ ਕੇ ਵਿਖਾ ਦੂਜਾ ਵਾਰਾ ਸੂਈ ਹੋਈ ਹੈ ਅਤੇ 10 ਕਿਲੋ ਦੁੱਧ ਹੈ ਮਾਸ਼ਾਅੱਲਾ ਥੱਲੇ ਪੂਰਾ 10 ਕਿਲੋ ਦੁੱਧ ਕਰਮਾ ਲਈ ਥੱਲੇ ਜੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਜਾਇਆ ਜੀ ਲੈ ਆ ਬਸ ਲੈ ਆ ਠੀਕ ਹੈ ਬਣ ਦੇ ਉਸ ਤੋਂ ਬਾਅਦ ਜੀ ਆਹ ਮੱਝ ਤੀਜਾ ਵਾਰਾ ਸੂਈਏ ਮੁੱਠ ਮੁੱਠ ਦਾ ਥਨ ਥਨ ਬੜਾ ਮੱਝ ਨੂੰ ਮਾਸ਼ਾ ਸੋਹਣਾ ਲੱਗਿਆ ਬਾਕੀ ਗੱਲਾਂ ਚੜੋ ਬਰੀਕ ਪੁਛਲ ਪੈਰਾਂ ਤੱਕ ਅਤੇ ਸਿੰਘ ਥੋੜ੍ਹੇ ਜਿਹੇ ਖੁੱਲ੍ਹੇ ਨੇ ਲੇਕਿਨ ਮੱਝ ਨਸਲ ਜ਼ਾਤ ਵਾਲੀ ਇਹ ਚੰਗੀ ਹੈ ਕਾਲੀ ਕਾਲੀਆਂ ਅੱਖਾਂ ਨੇ ਅਤੇ ਬੜੀ ਸੁਥਰੀ ਮਾਸ਼ਾਅੱਲਾ ਧੁੰਨੀ ਕੋਲੀ ਵੇਖ ਲਓ ਜੇ ਕੋਲੀ ਛੋਟੀ ਜੀ ਅਤੇ ਧੁੰਨੀ ਵੀ ਕੋਲੀ ਜੀ ਇਹ ਜਿਹੜਾ ਦੁੱਧ ਹੈਗਾ 6 ਕਿਲੋ ਦੋ ਟਾਈਮ ਚੋ ਕੇ ਤਸੱਲੀ ਨਾਲ 6 ਕਿਲੋ ਦੁੱਧ ਜੀ ਛੱਡ ਕੇ ਡੋਰੀ ਮਾੜਾ ਜਾ ਵੇਖ ਲਓ ਜੀ ਇਹ ਤੀਸਰਾ ਵਾਰਾ ਸੂਈ ਤੀਜੇ ਨੇ ਜੀ ਹੈ ਵੀ ਥੋੜ੍ਹੀ ਲਸੇੜੀ ਜੀ ਸਾਰੀਆਂ ਮੱਝਾਂ ਲੱਸੀਆਂ ਨੇ ਭਾਈ ਕੱਪੜੇ ਮੱਝਾਂ ਸਾਰੀਆਂ ਕੋਲ ਘੱਟ ਨੇ ਬਾਕੀ ਨਸਲ ਜ਼ਿਆਦਾ ਆ ਰਹੀਆਂ ਲੈ ਆ ਜੀ ਉਸ ਤੋਂ ਬਾਅਦ ਜੀ ਆ ਮੱਝ ਮਾਸ਼ਾਅੱਲਾ ਇਹ ਇਸ ਮੱਝ ਦੇ ਕਿਆ ਹੀ ਕਹਿੰਦੇ ਨੇ ਜੀ ਚਿੱਟੀਆਂ ਅੱਖਾਂ ਚੈੱਕ ਕਰੋ ਪਿਓਰ ਨੀਲੀ ਦੀ ਸਿੰਘ ਥੋੜ੍ਹੇ ਜਿਹੇ ਖੁੱਲ੍ਹੇ ਅਤੇ ਮਾਸ਼ਾਅੱਲਾ ਜਿਹੜਾ ਕੱਦ ਚੰਗਾ ਹੈਗਾ ਹੱਡੀਆਂ ਬੜੀਆਂ ਚੰਗੀਆਂ ਨੇ ਮੁੱਠ ਮੁੱਠ ਦਾ ਥਾਂ ਨੇ ਨਿੱਕੀ ਜੀ ਧੁੰਨੀ ਹੈ ਅਤੇ ਨਿੱਕੀ ਜੀ ਕੋਲੀ ਜੀ ਇਸ ਮੱਝ ਥੱਲੇ 10 ਕਿਲੋ ਦੁੱਧ ਦੋ ਟਾਈਮ ਚੋ ਕੇ ਤਸੱਲੀ ਨਾਲ 10 ਕਿਲੋ ਠੰਡਾ ਦੁੱਧ ਛੱਡ ਛੱਡ ਮੋਟੋੜੇ ਨਾ ਮੁੜ ਬਾਕੀ ਜੀ ਆਪਾਂ ਜਿਹੜੀ ਵੀ ਮੱਝ ਦਿਆਂਗੇ ਇਹ ਵੀ ਗੱਲ ਕਰਾਂਗੇ ਵੀ ਅਗਰ ਕੋਈ ਬੰਦਾ ਲੈਣਾ ਲਵੇ ਆਪਣੇ ਕੋਲੋਂ ਅਤੇ ਅਗਰ ਵਾਪਸੀ ਜਿੰਨੇ ਦੀ ਆਪਾਂ ਕਰਾਂਗੇ ਉਹਨਾਂ ਦੀ ਜਿੰਨੇ ਦੀ ਮੱਝ ਦਿਆਂਗੇ ਉਹਨਾਂ ਡਬਲ ਵਾਪਸੀ ਕਰਾਂਗੇ ਚੈੱਕ ਕਰੋ ਜੀ ਮਾਸ਼ਾਅੱਲਾ 10 ਕਿਲੋ ਦੁੱਧ ਜੀ ਥੱਲੇ ਦੋ ਟਾਈਮ ਤਸੱਲੀ ਨਾਲ ਚੋ ਕੇ ਜੀ ਇਹ ਵੀ ਦੂਜੇ ਨੇ ਬਾਕੀ ਤੁਸੀਂ ਤੀਜੇ ਲਾ ਲਓ ਲੇਕਿਨ ਲੱਗਦੀ ਦੂਜੇ ਨਹੀਂ ਹੈ ਮੱਝ ਦਾ ਪੁੱਠਾ ਚੈੱਕ ਕਰੋ ਕਿੱਡਾ ਚੁੜਿਆ ਹੈ ਲਸੇੜੀ ਲੇਕਿਨ ਹੈ ਮਾਸ਼ਾਅੱਲਾ ਦੁੱਧ ਚੰਗਾ ਮੱਝ ਕੋਲੇ ਅਤੇ ਉਸ ਤੋਂ ਬਾਅਦ ਜੀ ਆਹ ਮੱਝ ਜੀ ਬੜੀ ਸੁਸਰੀ ਮੱਝ ਮਾਸ਼ਾਅੱਲਾ ਕੱਦ ਭੂਰਾ ਜਿਹਾ ਬਹੁਤਾ ਵੱਡਾ ਨਹੀਂ ਹੈਗਾ ਚਿੱਟੀਆਂ ਅੱਖਾਂ ਨੇ ਸਿੰਘ ਸਿਰ ਮੱਥਾ ਸੋਹਣਾ ਮਾਸ਼ਾਅੱਲਾ ਬੱਗੀ ਨਾਸ ਹੈ ਅਤੇ ਕਾਫੀ ਬਾਕੀ ਕਾਲੀ ਸ਼ਾਇਦ ਧੁੰਨੀ ਚੈੱਕ ਕਰੋ ਬਿਲਕੁਲ ਛੋਟੀ ਜਿਹੀ ਕੋਲੀ ਬਿਲਕੁਲ ਛੋਟੀ ਜਿਹੀ ਅਤੇ ਮੁੱਠ ਮੋਟਾ ਥਾਂ ਨੇ ਦੁੱਧ ਜਿਹੜਾ ਇਹਨੇ ਕੋਲ ਹੈਗਾ 6 ਕਿਲੋ ਹੈ ਛੱਡ ਕੇ ਟੋਰੀ ਯਾਰ ਮਾੜਾ ਜਿਹਾ ਇਧਰ ਨੂੰ ਪਿਛਾ ਮੋੜ ਸਕਦੇ ਨੇ ਇਧਰ ਨੂੰ
6 কিলো দুধ দিয়েছি মাঝে কোলে, মাশাল্লাহ। মোট মোট দা থানে কর মারি ফেলে। ਬਣਦੇ ਸੀ ਕੋਲੇ ਬਣੇ ਸੀ ਜੀ ਆਹ ਮਾਸ਼ਾ ਜਾਨਵਰ ਨੇ ਜੀ ਚਾਰ ਚ ਮੱਝਾਂ ਨੇ ਲੇਕਿਨ ਅਗਰ ਅਸੀਂ ਤਾਂ ਚੋਣੇ ਆ ਜੀ ਸਾਰੀਆਂ ਟੀਕੇ ਤੇ ਲੇਕਿਨ ਅਗਰ ਕੋਈ ਬੰਦਾ ਜਾ ਕੇ ਪਹਾੜੇ ਤੇ ਪਾਵੇ ਮਾਸ਼ਾ ਜਿਹੜੀਆਂ ਦੋ ਮੱਝਾਂ 10-10 ਕਿਲੋ ਜਿਹਨਾਂ ਸਲੇ ਪਹਾੜੇ ਤੇ ਮਿਲਦੀਆਂ ਨੇ ਅਰੇ ਦੋ ਨੇ ਇਸ ਟੀਕੇ ਨੇ ਮਿਲਦੀਆਂ ਨੇ ਇਸ ਟੀਕੇ ਤੇ ਚੋਈਦੀਆਂ ਨੇ ਅਤੇ ਬਾਕੀ ਜੇ ਵੀ ਇਨਸ਼ਾਅੱਲਾ ਪਹਾੜੇ ਤੇ ਹੋ ਜਾਵਾਂ ਲੇਕਿਨ ਇਸ ਤਰ੍ਹਾਂ ਆਪਾਂ ਲਾਇਆ ਨਹੀਂ ਦਾ ਇਸ ਟੀਕੇ ਤੇ ਚੋਈਦੀਆਂ ਨੇ ਅਰੇ ਦੋ ਮੱਝਾਂ ਨੇ ਇਹ ਜਿਹੜੀਆਂ ਹੈਗੀਆਂ ਨੇ ਇਹ ਜਿਹੜੀ ਇੱਕ ਮੱਝ ਹੈਗੀ ਇਹਦੇ 'ਚ ਆਹ ਮੱਝ ਜੀ ਇਹ ਮੱਝ ਸਿਰਫ 2 ਮਹੀਨੇ ਸੂਈ ਹੈ ਇਹਦਾ ਬੱਚਾ ਮਰ ਗਿਆ ਸੀ ਇਹ ਸੱਜਣਾ ਜੀ ਪੈਂਦੀ ਸਮਝ ਲਓ 10 ਕਿਲੋ ਦੁੱਧ ਜੀ ਥੱਲੇ ਅਤੇ ਮੱਛਾ ਵੇਖ ਜੀ 10 ਕਿਲੋ ਇਹਨਾਂ ਦੁੱਧ ਜੀ 6 ਕਿਲੋ ਇਹਨੇ ਥੱਲੇ 10 ਕਿਲੋ ਇਹਨਾਂ ਥੱਲੇ ਤਾਂ 6 ਕਿਲੋ ਇਹਨਾਂ ਕੋਲ ਮਤਲਬ ਦੋ ਮੱਝਾਂ ਕੋਲ 6 ਕਿਲੋ ਤਾਂ 2 ਕੋਲ 10-10 ਕਿਲੋ ਮਾਸ਼ਾਅੱਲਾ ਪਿਓਰ ਨੀਂਦੀ ਦੀਆਂ ਝੁੱਟੀਆਂ ਨੇ ਮਤਲਬ ਸਿਰਫ ਲਿਸੀਆਂ ਹੈਗੀਆਂ ਨੇ ਜਿੰਨੀ ਵਜ੍ਹਾ ਤੋਂ ਲੱਗਦਾ ਵੀ ਮੂੰਹ ਤੇ ਸੁਣਨ ਲੇਕਿਨ ਉਹ ਵੀ ਝੁੱਟੀ ਹੈ ਉਹ ਵੀ ਝੁੱਟੀ ਹੈ ਉਹ ਵੀ ਝੁੱਟੀ ਹੈ ਆਹ ਮਾਈ ਤੀਸਰਾ ਸੁਬਾ ਸੁਣੀ ਅਤੇ ਅਗਰ ਕੋਈ ਵੀ ਭਾਈ ਆਪਣੇ ਕੋਲ ਲਏਗਾ ਇਨਸ਼ਾਅੱਲਾ ਦੁੱਧ ਜਿੰਨਾ ਦੱਸਿਆ 10 ਦੱਸਿਆ 10:30 ਹੋਵੇਗਾ 6 ਦੱਸਿਆ 6:30 ਹੋਵੇਗਾ ਅਗਰ 10:30 ਹੋਵੇ ਲੈ ਜਾਏ ਜੇ 10:45 ਹੋਵੇ ਤਾਂ ਵੀ ਨਾਲ ਜਾਏਗੀ ਅਗਰ ਕੋਈ ਵੀ ਬੰਦਾ ਆਪਣੇ ਕੋਲ ਲੈਂਦਾ ਕਾਰੋ ਕਰਾਉਂਦਾ ਥਾਂ 'ਚ ਛੱਟਾ ਫੁਹਾਰਾ ਅਮਰੋੜੀ ਕਿਸੇ ਕਿਸੇ ਦਾ ਮਸਲਾ ਹੋਵੇ ਆਪਾਂ ਵਾਪਸ ਕਰਾਵਾਂਗੇ ਆਉਣ ਜਾਣ ਦਾ ਕਿਰਾਇਆ ਵੀ ਆਪਣਾ ਹੋਵੇਗਾ ਜਿਹੜੀ ਮੱਝਾਂ ਦੀ ਕੀਮਤ ਹੈਗੀ ਹੈ ਮੱਝਾਂ ਦੀ ਕੀਮਤ ਆਪਾਂ 4 ਮੱਝਾਂ ਦਾ ਇੱਕੋ ਹੀ ਪੁੱਠੇ ਨਾਲ ਮੁੱਲ ਕਰਨਾ ਹੈ ਜੇ 4 ਮੱਝਾਂ ਇਨਸ਼ਾਅੱਲਾ ਜਿਹੜੀਆਂ ਹੈਗੀਆਂ ਨੇ 4 ਦਾ ਮੁੱਲ ਹੈਗਾ 1,90,000 ਦੀਆਂ 1,90,000 ਦੇ ਪੁੱਠੇ ਨਾਲ ਸਾਰੀਆਂ ਮੱਝਾਂ ਇਨਸ਼ਾਅੱਲਾ ਕੋਈ ਵੀ ਬੰਦਾ ਆਪਣੇ ਕੋਲ ਲੈਣਾ ਚਾਹੁੰਦਾ ਤਾਂ ਰਾਬਤਾ ਕਰ ਸਕਦਾ ਆਪਣਾ ਨੰਬਰ ਜਿਹੜਾ ਵਟਸਐਪ ਨੰਬਰ ਹੈਗਾ 0309-65-6626 ਇਹ ਆਪਣਾ ਵਟਸਐਪ ਨੰਬਰ ਅਗਰ ਕੋਈ ਬੰਦਾ ਵੈਸੇ ਫੋਨ ਤੇ ਰਾਬਤਾ ਕਰਨਾ ਚਾਹੁੰਦਾ 0305-4147-964 ਕੋਈ ਵੀ ਲੈਣਾ ਚਾਹੁੰਦਾ ਰਾਬਤਾ ਕਰ ਸਕਦਾ ਸਕਰੀਨ 'ਤੇ ਨੰਬਰ ਮੈਂਸ਼ਨ ਹੈ ਇਨਸ਼ਾਅੱਲਾ ਮਿਲਦੇ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੇਗਾ ਅੱਲਾ ਹਾਫਿਜ਼।